ਮਾਨਸੂਨ ਚੱਲ ਰਿਹਾ, ਬਰਸਾਤ ਦਾ ਮੌਸਮ ਹੈ, ਇਸ ਵਿੱਚ ਡਾਇਰੀਆ ਦੇ ਕੇਸਿਸ ਲਗਾਤਾਰ ਵੱਧਦੇ ਜਾ ਰਹੇ ਨੇ। ਜੇ ਆਪਾਂ ਮੋਹਾਲੀ ਜ਼ਿਲ੍ਹੇ ਦੀ ਗੱਲ ਕਰ ਲਈਏ ਕਿ ਪਿਛਲੇ ਦਿਨਾਂ 'ਚ ਹੁਣ ਤੱਕ ਕਰੀਬ 34 ਤੋਂ ਵੀ ਜ਼ਿਆਦਾ ਡਾਇਰੀਆ ਦੇ ਕੇਸਿਸ ਆ ਚੁੱਕੇ ਨੇ, ਜੋ ਕਿ ਹੁਣ ਹੌਸਪੀਟਲ ਐਡਮਿਟ ਹੈ। ਔਰ ਲਗਾਤਾਰ ਜਿਹੜੇ ਬਿਮਾਰੀਆਂ ਜਾਂ ਫਿਰ ਹੋਰ ਚੀਜ਼ਾਂ ਨੂੰ ਲੈ ਕੇ ਹੈਲਥ ਐਡਵਾਈਜ਼ਰੀ ਤਾਂ ਜਾਰੀ ਕੀਤੀ ਜਾ ਰਹੀ ਹੈ, ਲੇਕਿਨ ਨਾਲ ਦੇ ਨਾਲ ਖੁਦ ਵੀ ਬਹੁਤ ਸਾਰੀ ਚੀਜ਼ਾਂ ਦਾ ਧਿਆਨ ਰੱਖਣਾ। ਡਾਇਰੀਆ ਦੇ ਕੇਸਿਸ ਜਿਹੜੇ ਵਧੇ ਆ, ਸੀਨੀਅਰ ਡਾਕਟਰਸ ਨਾਲ ਵੀ ਅਸੀਂ ਗੱਲਬਾਤ ਕਰਾਂਗੇ, ਕਿਉਂਕਿ ਬਹੁਤ ਜ਼ਰੂਰੀ ਹੁੰਦਾ ਕੋਲਰਾ ਦੇ। ਔਰ ਡਾਇਰੀਆ ਦੇ ਕੇਸਿਸ ਲਗਾਤਾਰ ਵਧਣ ਕਾਰਨ ਪੂਰੇ ਅਰੇਂਜਮੈਂਟਸ ਵੀ ਕੀਤੇ ਗਏ ਨੇ, ਜਿਹੜੇ ਸੀਨੀਅਰ ਡਾਕਟਰਸ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਾਂਗੇ, ਕਿਉਂਕਿ ਬਹੁਤ ਸਾਰੀ ਚੀਜ਼ਾਂ ਨੇ ਜਿਸ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਸੀਨੀਅਰ ਡਾਕਟਰ ਸਾਡੇ ਨਾਲ ਨੇ, ਡਾਕਟਰ ਰਿਸ਼ਾ ਮੈਡਮ, ਕਿਉਂਕਿ ਬਰਸਾਤ ਦਾ ਮੌਸਮ ਹੈ, ਡਾਇਰੀਆ ਦੇ ਕੇਸਿਸ ਲਗਾਤਾਰ ਵੱਧ ਰਹੇ ਹੈ, ਕਿਸ ਤਰ੍ਹਾਂ ਦੇ ਕੇਸਿਸ ਆ ਰਹੇ ਹੈ ਤੇ ਕਿਸ ਤਰ੍ਹਾਂ ਉਹਨੂੰ ਹੈਂਡਲ ਜਿਹੜਾ ਹੈ ਪ੍ਰਸ਼ਾਸਨ ਵੱਲੋਂ ਕੀਤਾ ਜਾ? ਹਰ ਸਾਲ ਹੀ ਸਾਡੇ ਕੋਲ ਡਾਇਰੀਆ ਦੇ ਕੇਸਿਸ ਇਸ ਮੌਸਮ ਵਿੱਚ, ਬਾਰਿਸ਼ਾਂ ਦੇ ਮੌਸਮ ਵਿੱਚ ਵੱਧ ਜਾਂਦੇ ਆ, ਤੇ ਕੇਸਿਸ ਲੂਸ ਮੋਸ਼ਨ, ਵੋਮਿਟਿੰਗ ਇਸ ਤਰ੍ਹਾਂ ਦੇ ਲੱਛਣ ਦੇ ਨਾਲ ਆਉਂਦੇ ਆ, ਪੇਟ ਦਰਦ, ਬੁਖਾਰ, ਤੇ ਅਗਰ ਉਹਨਾਂ ਨੂੰ ਲੂਸ ਮੋਸ਼ਨ ਜਾਂ ਵੋਮਿਟਿੰਗ ਬਹੁਤ ਜ਼ਿਆਦਾ ਹੈ, ਸਿਵੀਅਰ ਹੈ, ਤਾਂ BP ਲੋ ਹੋ ਜਾਣਾ, ਸਰੀਰ ਵਿੱਚ ਪਾਣੀ ਦੀ ਕਮੀ ਹੋ ਜਾਣਾ, ਉਸ ਤਰ੍ਹਾਂ ਦੇ ਕੇਸਿਸ ਆਉਂਦੇ ਸਾਡੇ ਕੋਲ। ਤੇ ਮੈਮ, ਸਾਵਧਾਨੀ ਕਿਸ ਤਰ੍ਹਾਂ ਦੀ ਵਰਤਣੀ ਚਾਹੀਦੀ, ਸਿੰਪਟਮਸ ਕੀ ਨੇ ਜੋ ਕਿ ਨਾਲ ਦੇ ਨਾਲ ਹੀ ਹਸਪੀਟਲ ਜਿਹੜਾ ਆਇਆ ਜਾਵੇ? ਜਿਸ ਤਰ੍ਹਾਂ ਮਾਈਲਡ ਕੇਸਿਸ ਜਿਹੜੇ ਹੁੰਦੇ ਆ, ਜਿਹਨਾਂ ਨੂੰ ਥੋੜਾ ਬਹੁਤ ਹੀ ਲੂਸ ਮੋਸ਼ਨ, ਵੋਮਿਟਿੰਗ ਹੈ, ਉਹ ਤਾਂ ਘਰ ਵਿੱਚ ਹੀ ਦਵਾਈ ਲੈ ਕੇ ਹੈਂਡਲ ਹੋ ਸਕਦੇ ਹੈ, ਬਟ ਜਿਹੜੇ ਜ਼ਿਆਦਾ ਸਿਵੀਅਰ, ਬਹੁਤ ਜ਼ਿਆਦਾ ਲੂਸ ਮੋਸ਼ਨ ਹੋ ਰਿਹਾ, ਬਹੁਤ ਜ਼ਿਆਦਾ ਵੋਮਿਟਿੰਗ ਹੋ ਰਹੀ ਹੈ, ਦਵਾਈ ਹਜ਼ਮ ਨਹੀਂ ਹੋ ਰਹੀ, ਚੱਕਰ ਆਉਣਾ, BP ਦਾ ਲੋ ਹੋਣਾ, ਉਸ ਕਰਕੇ ਸਰੀਰ ਵਿੱਚ ਪਾਣੀ ਦੀ ਕਮੀ ਹੋ ਸਕਦੀ ਹੈ, ਤਾਂ ਉਹਨਾਂ ਲੋਕਾਂ ਨੂੰ ਫਟਾਫਟ ਹੋਸਪਿਟਲ ਆਉਣਾ ਚਾਹੀਦਾ ਹੈ, ਤਾਂ ਕਿ ਉਹਨਾਂ ਦਾ BP ਇੱਕਦਮ ਲੋ ਨਾ ਹੋ ਜਾਏ, ਫਿਰ ਉਹਨਾਂ ਨੂੰ ਅਸੀਂ IV ਫਲੂਇਡਸ ਨਾਲ ਮੈਨੇਜ ਕਰਦੇ ਹਾਂ, ਤੇ ਅਗਰ ਇਸ ਤਰ੍ਹਾਂ ਦੇ ਕੋਈ ਵੀ ਤੁਹਾਨੂੰ ਸਿੰਪਟਮਸ ਆਉਂਦੇ ਹੈ ਤਾਂ ਤੁਰੰਤ ਹੀ ਹੋਸਪਿਟਲ ਆਇਆ ਜਾਏ। ਮੈਮ, ਹੁਣ ਜੇ ਆਪਾਂ ਗੱਲ ਕਰੀਏ ਮੋਹਾਲੀ ਜ਼ਿਲ੍ਹੇ ਦੇ, ਕਿੰਨੇ ਕੇਸਿਸ ਜਿਹੜੇ ਡਾਇਰੀਆ ਦੇ, ਹੋਰ ਦੂਰੇ ਦੂਜਾ ਚੀਜ਼ਾਂ ਦੇ? ਇਸ ਤਰ੍ਹਾਂ ਇਸ ਵੇਲੇ ਸਾਡੇ ਕੋਲ 34 ਪੇਸ਼ੈਂਟ ਡਾਇਰੀਆ ਦੇ ਐਡਮਿਟਿਡ ਹੈ ਸਾਡੇ ਕੋਲ, ਜਿਹਦੇ ਵਿੱਚ 7 ਬੱਚੇ ਵੀ ਹੈ। ਕਿੱਥੇ ਕਿੱਥੋਂ ਆਏ, ਮੋਹਾਲੀ ਜ਼ਿਲ੍ਹੇ ਤੋਂ ਹੀ ਸਾਰੇ? ਜ਼ਿਆਦਾ ਸਾਰੇ ਮੋਹਾਲੀ ਜ਼ਿਲ੍ਹੇ ਤੋਂ ਹੈ, ਮੋਹਾਲੀ ਚ ਵੀ ਕੁੰਬੜੇ ਤੋਂ ਜ਼ਿਆਦਾਤਰ ਪੇਸ਼ੈਂਟ ਆ ਰਹੇ ਹੈ ਸਾਡੇ ਕੋਲ। ਗੰਦਗੀ ਵੀ ਇੱਕ ਰੀਜ਼ਨ ਰਹਿੰਦਾ ਮੈਮ ਇਸ ਤਰ੍ਹਾਂ ਦੀ? ਜੀ ਬਿਲਕੁਲ, ਤੇ ਬਾਰਿਸ਼ਾਂ ਦੇ ਦਿਨਾਂ ਚ ਉਹੀ ਹੁੰਦਾ ਕਿ ਇੱਕ ਤੇ ਸੈਨੀਟੇਸ਼ਨ ਦੀ ਜਿਹੜੀ ਪ੍ਰੋਬਲਮ ਹੈ ਸਾਡੇ ਏਰੀਆ ਚ, ਉਸ ਕਰਕੇ, ਔਰ ਦੂਜਾ ਪਬਲਿਕ ਹੈਲਥ ਨੂੰ ਅਵੇਅਰਨੈਸ ਕਰਨ ਦੀ ਬਹੁਤ ਜ਼ਰੂਰਤ ਹੈ, ਲੋਕਾਂ ਨੂੰ ਵੀ ਪਤਾ ਹੋਣਾ ਚਾਹੀਦਾ ਕਿ ਬਾਰਿਸ਼ਾਂ ਦੇ ਦਿਨ ਹੈ ਤਾਂ ਸਫਾਈ ਦਾ ਚੰਗੀ ਤਰ੍ਹਾਂ ਧਿਆਨ ਰੱਖਣਾ ਚਾਹੀਦਾ ਹੈ, ਪਾਣੀ ਜਿਹੜਾ ਹੈ ਸੇਫ ਡਰਿੰਕਿੰਗ ਵਾਟਰ ਅਵੇਲੇਬਲ ਹੋਣਾ ਚਾਹੀਦਾ ਹੈ, ਔਰ ਜਿਨ੍ਹਾਂ ਦੇ ਕੋਲ ਫਿਲਟਰ ਜਾਂ ਨਹੀਂ ਹੈ ਐਕਵਾਗਾਰਡ ਵਗੈਰਾ, ਉਹਨਾਂ ਨੂੰ ਪਾਣੀ ਉਬਾਲ ਕੇ ਠੰਡਾ ਕਰਕੇ ਬੰਦ ਬੋਤਲ ਚ ਪਾ ਕੇ ਉਹ ਹੋਣਾ ਚਾਹੀਦਾ ਹੈ ਹਰ ਵੇਲੇ, ਗੰਦਾ ਪਾਣੀ ਪੀਣ ਕਰਕੇ ਹੁੰਦਾ ਸਾਰਾ? ਹਾਂਜੀ ਹਾਂਜੀ, ਔਰ ਦੂਜਾ ਹੱਥ ਧੋਣਾ, ਜਿਸ ਤਰ੍ਹਾਂ ਕਿ ਖਾਣਾ ਖਾਣ ਤੋਂ ਪਹਿਲਾਂ ਔਰ ਬਣਾਉਣ ਤੋਂ ਪਹਿਲਾਂ ਹਰ ਵੇਲੇ ਹੱਥ ਧੋਣਾ ਚਾਹੀਦਾ ਹੈ, ਔਰ ਬਾਹਰ ਦਾ ਖਾਣਾ ਅਵੋਇਡ ਕਰਨਾ ਹੈ, ਸਪੈਸ਼ਲੀ ਇਨ ਦਿਨਾਂ 'ਚ, ਬਾਰਿਸ਼ਾਂ ਦੇ ਦਿਨਾਂ 'ਚ, ਔਰ ਜਿਹੜੀ ਚੀਜ਼ਾਂ ਜਿਸ ਤਰ੍ਹਾਂ ਅਸੀਂ ਪਕਾ ਕੇ ਨਹੀਂ ਖਾਂਦੇ ਕੱਚੀਆਂ, ਜਿਸ ਤਰ੍ਹਾਂ ਸਲਾਦ ਹੋ ਗਿਆ, ਫਰੂਟ ਹੋ ਗਿਆ, ਉਹ ਸਾਰੀ ਚੀਜ਼ਾਂ ਤੋਂ ਬਿਲਕੁਲ ਬਾਹਰ ਤੋਂ ਅਵੋਇਡ ਹੀ ਕਰਨੀ ਚਾਹੀਦੀ ਹੈ। ਠੀਕ ਹੈ, ਤੇ ਮੈਮ, ਕੁਝ ਸੀਰੀਅਸ ਕੇਸਿਸ ਵੀ ਹਜੇ ਤੱਕ ਆਏ ਨੇ ਜਾਂ ਫਿਰ ਆਊਟ ਆਫ ਡੇਂਜਰ ਨੇ? ਨਹੀਂ, ਹਾਲੇ ਤੱਕ ਸਾਡੇ ਕੋਲ ਸਾਰੇ ਪੇਸ਼ੈਂਟ ਸਟੇਬਲ ਹੈ, ਕੋਈ ਵੀ ਬਹੁਤ ਜ਼ਿਆਦਾ ਸੀਰੀਅਸ ਕੇਸ ਨਹੀਂ ਆਇਆ ਹੈ। ਠੀਕ ਹੈ, ਤੇ ਕਿਉਂਕਿ ਇੱਕ ਹੀ ਪਾਰਟੀਕੁਲਰ ਏਰੀਆ ਤੋਂ ਆ ਰਹੇ ਹਾਂ, ਜਿੱਦਾਂ ਤੁਸੀਂ ਕਿਹਾ ਕਿ ਕੁੰਬੜਾ, ਉੱਥੇ ਹੈਲਥ ਡਿਪਾਰਟਮੈਂਟ ਦੀ ਟੀਮ ਜਿਹੜੀ ਹੈਗੀ ਉੱਥੇ ਭੇਜੀ ਗਈ ਹੈ, ਹੋਰ ਵੀ ਚੀਜ਼ਾਂ ਨੂੰ ਲੈ ਕੇ ਕੀਤਾ ਜਾ ਰਿਹਾ? ਹਾਂਜੀ ਹਾਂਜੀ ਸਰ, ਸਾਡੇ ਸੀਨੀਅਰਸ ਜਿਹੜੇ ਹੈ ਉਹ ਰੈਪਿਡ ਰਿਸਪੋਂਸ ਟੀਮਸ ਬਣਾ ਰਹੇ ਹੈ, ਤਾਂ ਸਾਰੇ ਅਵੇਲ ਏਰੀਆਜ਼ ਦੀ ਹੋ ਰਹੀ ਹੈ ਸੈਂਪਲ ਕਲੈਕਸ਼ਨ ਵਗੈਰਾ ਕਰ ਰਹੇ ਹਾਂ, ਔਰ ਪੇਸ਼ੈਂਟਸ ਨੂੰ ਉੱਥੋਂ ਭੇਜਿਆ ਜਾ ਰਿਹਾ ਜਿਨ੍ਹਾਂ ਨੂੰ ਵੀ ਕੋਈ ਇਸ ਤਰ੍ਹਾਂ ਦੇ ਲੱਛਣ ਆ ਰਹੇ। ਸਫਾਈ ਬਹੁਤ ਜ਼ਰੂਰੀ ਹੈ, ਸਾਫ਼ ਸਫਾਈ ਜ਼ਰੂਰੀ ਹੈ, ਔਰ ਬਾਕੀ ਲੋਕਾਂ ਨੂੰ ਵੀ ਅਵੇਅਰ ਕਰਨ ਦੀ ਬਹੁਤ ਜ਼ਰੂਰਤ ਹੈ। ਕਮਿਊਨਿਟੀ ਸਿਸਟਮ ਨੂੰ ਲੈ ਕੇ ਵੀ ਜਿਹੜੀ ਹੈਗੀ ਹੈ ਅਸਰ ਦੇਖਣ ਨੂੰ ਮਿਲਦਾ, ਏਜ ਫੈਕਟਰ ਵੀ ਹੁੰਦਾ? ਹਾਂਜੀ, ਏਜ ਫੈਕਟਰ ਵੀ ਹੁੰਦਾ ਕਿ ਜਿਹੜੇ ਬੱਚੇ ਹੈ ਜਾਂ ਜਿਹੜੇ ਬਜ਼ੁਰਗ ਹੈ ਉਹਨਾਂ ਤੋਂ ਜ਼ਿਆਦਾ ਸੀਰੀਅਸ, ਕੋਈ ਵੀ ਬਿਮਾਰੀ ਹੈ ਜ਼ਿਆਦਾ ਸੀਰੀਅਸ ਹੋ ਜਾਂਦੇ ਆ, ਬਜ਼ੁਰਗ ਵਗੈਰਾ ਨੂੰ ਵੀ, ਬਜ਼ੁਰਗ ਵੀ ਔਰ ਬੱਚੇ ਵੀ। ਹਾਂਜੀ।
ਇਹਦਾ ਇਲਾਜ ਪੂਰਾ ਪ੍ਰਸ਼ਾਸਨ ਵੱਲੋਂ ਤੁਹਾਡੇ ਵੱਲੋਂ ਪੂਰਾ ਮੋਹਾਲੀ ਜ਼ਿਲ੍ਹੇ 'ਚ ਬੈੱਡ ਵਗੈਰਾ ਦੀ ਅਵੇਲੇਬਿਲਿਟੀ ਜਾਂ ਫਿਰ ਜਿਹੜੇ? ਹਾਂਜੀ, ਸਾਡੇ ਕੋਲ ਹੈ ਡਾਇਰੀਆ ਵਾਰਡ, ਬਾਕੀ ਸਾਰੇ ਜਿਹੜੀ ਵੀ ਟ੍ਰੀਟਮੈਂਟ ਚਾਹੀਦੀ ਇਹਦੇ ਲਈ, ਸਿਮਟੋਮੈਟਿਕ ਟ੍ਰੀਟਮੈਂਟ ਹੀ ਚਾਹੀਦੀ ਹੁੰਦੀ ਹੈ, ਦਵਾਈਆਂ ਵਗੈਰਾ ਉਹ ਸਾਡੇ ਕੋਲ ਸਾਰਾ ਕੁਝ ਅਵੇਲੇਬਲ ਹੈ, ਔਰ ਮੇਨ ਜਿਹੜਾ ਇਹਦੇ 'ਚ ਹੁੰਦਾ ORS, ਤੋ ਲੋਕਾਂ ਨੂੰ ਘਰ ਵਿੱਚ ਵੀ ਰੱਖ ਸਕਦੇ ਹਾਂ ORS ਦਾ ਪਾਊਡਰ, ਅਗਰ ਇਸ ਤਰ੍ਹਾਂ ਦੇ ਕੋਈ ਸਿਮਟਮ ਆਉਂਦੇ ਹੈ ਤਾਂ ORS ਪੀਏ ਤਾਂ ਕਿ BP ਨਾ ਲੋ ਹੋਏ, ਸਾਡੇ ਕੋਲ ਸਾਰਾ ਕੁਝ ਅਵੇਲੇਬਲ ਹੈ ਇਸ ਸਮੇਂ। ਬਹੁਤ ਜ਼ਰੂਰੀ ਹੈ, ਜਿੱਦਾਂ ਮੈਮ ਨੇ ਦੱਸਿਆ ਕਿ ਡਾਇਰੀਆ ਦੇ ਲਗਾਤਾਰ ਕੇਸਿਸ ਆ ਰਹੇ ਹੈ, ਕਿਸ ਤਰ੍ਹਾਂ ਦੀ ਸਾਵਧਾਨੀ ਤੁਸੀਂ ਰੱਖਣੀ ਹੈ, ਨਾਲ ਦੇ ਨਾਲ ਡਾਕਟਰਸ ਨੂੰ ਤੁਸੀਂ ਕੰਸਲਟ ਕਰਨਾ, ਇਹ ਬਹੁਤ ਜ਼ਰੂਰੀ ਹੁੰਦਾ, ਔਰ ਸਾਫ਼ ਸਫਾਈ ਦਾ ਬਹੁਤ ਧਿਆਨ ਰੱਖਣਾ, ਕਿਉਂਕਿ ਬਰਸਾਤ ਦਾ ਮੌਸਮ ਹੈ ਔਰ ਜਿਸ ਤਰ੍ਹਾਂ ਮੈਮ ਨੇ ਵੀ ਦੱਸਿਆ ਕਿ ਜਿਹੜੀ ਗੰਦਗੀ ਹੈ ਨੇੜੇ ਤੇੜੇ ਬਿਲਕੁਲ ਨਾ ਹੋਣ ਦਿਓ, ਤੁਸੀਂ ਬਿਲਕੁਲ ਸਾਫ਼ ਸਫਾਈ ਰੱਖੋ, ਜਿਹੜਾ ਉੱਥੇ ਪਾਣੀ ਜਮ੍ਹਾਂ ਹੋ ਰਿਹਾ ਉਹ ਤੁਸੀਂ ਬਿਲਕੁਲ ਨਾ ਹੋਣ ਦਿਓ, ਕਿਉਂਕਿ ਜਿਸ ਤਰ੍ਹਾਂ ਬਰਸਾਤ ਦਾ ਮੌਸਮ ਹੈ ਔਰ ਪਾਣੀ ਦਾ ਜਿਹੜਾ ਜਲ ਭਰਾਵ ਦੀ ਸਿਚੁਏਸ਼ਨ ਹੁੰਦੀ ਹੈ ਤਾਂ ਉਸ ਕਰਕੇ ਵੀ ਬਿਮਾਰੀਆਂ ਪਨਪਦੀ ਹੈ, ਜੋ ਕਿ ਬਹੁਤ ਜ਼ਿਆਦਾ ਨੁਕਸਾਨ ਹੋ ਸਕਦਾ ਹੈ। ਹਾਲਾਂਕਿ 34 ਤੋਂ ਵੀ ਜ਼ਿਆਦਾ ਕੇਸਿਸ ਇਸ ਟਾਈਮ ਐਡਮਿਟ ਨੇ, 7 ਬੱਚੇ ਨੇ ਜਿੱਦਾਂ ਮੈਮ ਨੇ ਜਾਣਕਾਰੀ ਦਿੱਤੀ, ਅਤੇ ਇਸ ਤਰ੍ਹਾਂ ਦੀ ਕਿਸ ਤਰ੍ਹਾਂ ਦਾ ਸਾਵਧਾਨੀ ਵਰਤੀ ਉਹ ਬਹੁਤ ਜ਼ਰੂਰੀ ਹੈ। ਮੋਹਾਲੀ ਤੋਂ ਕੈਮਰਾਮੈਨ ਅਜੇ ਕੁਮਾਰ ਨਾਲ ਮਨੋਜ ਰਾਠੀ, ਨਿਊਜ਼ 18 ਪੰਜਾਬ।